जो अंग्रेजों का राज अंग्रेजों के राज वे श्री आनंदपुर साहब अंग्रेजों के कब्जे में महाराजा रणजीत सिंह का राज सतलुज तो परले पासे दुआबे वाले पासे दो तीन मील ही है सतलुज भावे आनंदपुर तो पर श्री आनंदपुर साहब अंग्रेजों के कब्जे में महाराजा रणजीत सिंह की हद जी सतलुज तो परले पासे अंग्रेजों ने होले महले से चाल चली चार बनिया कट लैनियां उत्ते फटा ला देना उत्ते एक पादरी खड़े कर देना जिहड़ा पंजाबी या हिंदी बोल लैंदा होवे चाह दे पैकेट रख लैने लोगों मुफत में चाह दे पैकेट वंडने भी चाह यह बड़ी वधिया इहनू इस तरह बनाई दा इहनू गर्म करी दा पानी च पाई दा मिठा पाई दा फिर पी लई दी है यह शरीर नू बड़ी ताकत दिंदी है चाह दा प्रचार करना यह फ्री दे विच तुहाडे वास्ते लैंदी है ते नाल कहना ईसा मसीह ने भेजी है ईसा मसीह बहुत चंगे हैं उन्होंने तुहाडे ते बड़ी बड़ी कृपा की है यह तुहाडे वास्ते चाह भेजी है वो मेरे वर्गे भोले लोगों ने क्योंकि जिहड़ी गल सुननी है बार बार दिमाग च बहिंदी है यह कुदरती नियम है कईयों ने आखना भी ठीक है ईसाई बड़े चंगे ईसाई बन जाइए एक निहंग सिंह ने वेख्या भी उत्ते खड़ा प्रचार करी जाता है पता नहीं की बोली जाता वह समझ गया इन्नी को गल समझ आई भी ये कहता भी ईसाई बन जाओ ਉਹਨੂੰ ਚੜਿਆ ਵੱਟ ਵੀ ਗੁਰੂ ਘਰ ਦੀ ਧਰ ਦੀ ਧਰਤੀ ਜਿੱਥੇ ਖਾਲਸਾ ਸਾਜਿਆ ਪਾਤਸ਼ਾਹ ਨੇ ਉੱਥੇ ਇਹ ਸਾਡੇ ਸਿੰਘਾਂ ਨੂੰ ਈਸਾਈ ਬਣਾਵੇ ਮਾਰ ਕੇ ਸ਼ਾਲ ਉੱਤੇ ਚੜਿਆ ਤੇਗ ਮਾਰੀ ਸਿਰ ਲਾ ਲਿਆ ਉਹਦਾ ਸਿਰ ਲਾ ਕੇ ਤੇ ਬਾਬੇ ਬੁੱਲਾ ਸਿੰਘ ਕੋਲ ਆ ਗਿਆ ਬਾਬਾ ਜੀ ਨੂੰ ਕਹਿੰਦਾ ਬਾਬਾ ਜੀ ਮੈਂ ਤੇ ਝਟਕ ਦਿੱਤਾ ਦੁਸ਼ਟ ਕਹਿੰਦਾ ਇੱਥੇ ਆਪੇ ਈਸਾਈਆਂ ਦਾ ਪ੍ਰਚਾਰ ਕਰਦਾ ਸੀ ਬਾਬਾ ਜੀ ਕਹਿੰਦੇ ਭਾਈ ਉਹਦਾ ਪੜ੍ਹ ਕੇ ਲੈ ਆਉਣਾ ਸੀ ਕਹਿੰਦਾ ਜੀ ਪੜ੍ਹ ਫੜਨ ਦਾ ਤੇ ਖਾਸ ਸਿੱਖਿਆ ਹੀ ਨਹੀਂ ਸਿੱਧਾ ਹੀ ਤੁਰ ਕੇ ਟਿਕਟਾਂ ਦੇ ਦਿੱਤੀਆਂ ਕਹਿੰਦੇ ਉਹ ਅੰਗਰੇਜ਼ਾਂ ਨੂੰ ਪਤਾ ਲੱਗਾ ਵੀ ਫੂਲਾ ਸਿੰਘ ਨੇ ਸਾਡਾ ਬੰਦਾ ਮਾਰ ਦਿੱਤਾ ਉਹਨੇ ਬਾਬੇ ਫੂਲਾ ਸਿੰਘ ਦੇ ਖਿਲਾਫ ਫੌਜ ਨੂੰ ਆਰਡਰ ਦਿੱਤਾ ਵੀ ਫੂਲਾ ਸਿੰਘ ਨੂੰ ਗ੍ਰਿਫਤਾਰ ਕਰੋ ਤੇ ਡਿਊਟੀ ਲਾਈ ਮਹਾਰਾਜਾ ਪਟਿਆਲਾ ਨਾਭਾ ਤੇ ਜੀਂਦ ਦੇ ਰਾਜਿਆਂ ਦੀ ਮਾਲਵੇ ਦੇ ਰਾਜਿਆਂ ਦੀ ਇਹ ਅੰਗਰੇਜ਼ਾਂ ਦੇ ਅਧੀਨ ਸਨ ਵੀ ਤੁਸੀਂ ਫੂਲਾ ਸਿੰਘ ਨੂੰ ਫੜ ਕੇ ਸਾਡੇ ਹਵਾਲੇ ਕਰੋ ਮਹਾਰਾਜਾ ਪਟਿਆਲਾ ਨੇ ਆਖਿਆ ਕਰਮ ਸਿੰਘ ਸੀ ਉਸ ਵੇਲੇ ਰਾਜਾ ਉਹਨੇ ਆਖਿਆ ਸਰਕਾਰ ਫੂਲਾ ਸਿੰਘ ਨੂੰ ਫੜਨਾ ਬੜਾ ਮੁਸ਼ਕਲ ਫੂਲਾ ਸਿੰਘ ਇੱਕ ਤਾਂ ਸਾਡੀ ਕੌਮ ਦਾ ਧਾਰਮਿਕ ਆਗੂ ਹੈ ਉਹ ਰਾਜਨੀਤਿਕ ਆਗੂ ਨਹੀਂ ਵੀ ਅਸੀਂ ਉਹਨੂੰ ਫੜ ਲਈਏ ਉਹ ਧਾਰਮਿਕ ਆਗੂ ਹੈ ਜਿਹਨੇ ਮਹਾਰਾਜਾ ਰਣਜੀਤ ਸਿੰਘ ਦੇ ਇਲਾਕੇ ਦੇ ਸਿੱਖ ਨੇ ਉਹ ਵੀ ਉਹਦਾ ਸਤਿਕਾਰ ਕਰਦੇ ਨੇ ਜਿਹਨੇ ਸਾਡੇ ਇਸ ਪਾਸੇ ਹਿੰਦੁਸਤਾਨ 'ਚ ਰਹਿਣ ਵਾਲੇ ਅੰਗਰੇਜ਼ਾਂ ਦੇ ਰਾਜ 'ਚ ਰਹਿਣ ਵਾਲੇ ਸਿੱਖ ਨੇ ਉਹ ਵੀ ਫੂਲਾ ਸਿੰਘ ਦਾ ਸਤਿਕਾਰ ਕਰਦੇ ਨੇ ਜੇ ਅਸੀਂ ਉਹਨੂੰ ਹੱਥ ਪਾਵਾਂਗੇ ਸਾਡੀ ਪਰਜਾ ਵੀ ਸਾਡੇ ਖਿਲਾਫ ਹੋ ਜਾਏਗੀ ਦੂਸਰੀ ਗੱਲ ਇਹ ਹੈ ਕਿ ਫੂਲਾ ਸਿੰਘ ਨੂੰ ਜੇ ਅਸੀਂ ਫੜਾਂਗੇ ਤਾਂ ਪਿੱਛੇ ਮਹਾਰਾਜਾ ਰਣਜੀਤ ਸਿੰਘ ਲੱਖਾਂ ਫੌਜਾਂ ਲੈ ਕੇ ਹੱਲਾ ਕਰ ਦੇਵੇਗਾ ਦਿੱਲੀ ਤੱਕ ਇਹਨਾਂ ਨੇ ਕੋਈ ਨਹੀਂ ਰੋਕਣਾ ਤੇ ਇਸ ਵਾਸਤੇ ਤੁਸੀਂ ਇਹ ਮਨ ਚੋਂ ਕੱਢੋ ਕਿ ਫੂਲਾ ਸਿੰਘ ਨੂੰ ਗ੍ਰਿਫਤਾਰ ਕਰ ਉਹਨਾਂ ਨੇ ਆਖਿਆ ਬੜੀ ਸਮੱਸਿਆ ਬਣੀ ਹੈ ਫਿਰ ਅੰਗਰੇਜ਼ ਨੇ ਇੱਕ ਫੈਸਲਾ ਲਿਆ ਸੀਗਾ ਅੰਗਰੇਜ਼ ਨੇ ਫੈਸਲਾ ਲੈ ਕੇ ਮਹਾਰਾਜਾ ਰਣਜੀਤ ਸਿੰਘ ਨਾਲ ਗੱਲ ਕੀਤੀ ਉਹਨੇ ਕਿਹਾ ਵੀ ਤੁਸੀਂ ਹੋਲਾ ਮਹੱਲਾ ਮਨਾਉਣਾ ਹੁੰਦਾ ਸਾਲ ਪਿੱਛੋਂ ਦਸ ਦਿਨ ਹੋਲੇ ਤੋਂ ਪਹਿਲਾਂ ਦਸ ਦਿਨ ਹੋਲੇ ਤੋਂ ਬਾਅਦ ਵੀਹ ਦਿਨ ਵਾਸਤੇ ਅਨੰਦਪੁਰ ਦਾ ਪ੍ਰਬੰਧ ਤੁਸੀਂ ਸੰਭਾਲ ਲਿਆ ਕਰੋ ਅਸੀਂ ਨਹੀਂ ਇੱਥੇ ਸੰਭਾਲ ਸਕਦੇ ਸਾਡੇ ਕੋਲ ਕਾਬੂ ਨਹੀਂ ਆਉਂਦੇ ਤੁਹਾਡੇ ਸਿੰਘ ਤੇ ਤੁਸੀਂ ਆਪਣੀ ਸਿੱਖ ਫੌਜ ਭੇਜਿਆ ਕਰੋ ਸਿੱਖ ਫੌਜ ਆ ਕੇ ਮੇਲਾ ਚਲਾਇਆ ਕਰੇ ਜਿੰਨਾ ਚਿਰ ਮਹਾਰਾਜਾ ਸਾਹਿਬ ਰਣਜੀਤ ਸਿੰਘ ਜਿਉਂਦੇ ਰਹੇ ਸ਼ੇਰੇ ਪੰਜਾਬ ਉਸ ਤੋਂ ਬਾਅਦ ਵੀ ਪੰਜ ਸੱਤ ਸਾਲ ਸਾਧ ਸੰਗਤ ਦੇ ਆਨੰਦਪੁਰ ਦੇ ਮਹੱਲੇ ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਖਾਲਸਾ ਰਾਜ ਦੀਆਂ ਫੌਜਾਂ ਆ ਕੇ ਪ੍ਰਬੰਧ ਕਰਦੇ ਅੰਗਰੇਜ਼ ਛੱਡ ਕੇ ਦੌੜ ਜਾਂਦੇ ਸਨ ਕਿਉਂਕਿ ਸਿੰਘਾਂ ਦਾ ਇੰਨਾ ਪ੍ਰਭਾਵ ਸੀਗਾ